लुधियाना के सराभा नगर स्थित सेक्रेड हार्ट कॉन्वेंट स्कूल में गोल्डन जुबली के उपलक्ष्य पर गोल्डन फिएस्टा कार्यक्रम का आयोजन किया गया। इस कार्यक्रम में पंजाब के शिक्षा मंत्री डॉ. दलजीत सिंह चीमा ने विशेष तौर पर पहुंचकर ज्योति प्रज्वलित कर कार्यक्रम का शुभारंभ किया। कार्यक्रम में स्कूल के बच्चों ने रंगारंग कार्यक्रम भी पेश किया। मीडिया से बातचीत करते हुए शिक्षा मंत्री डॉ. दलजीत सिंह चीमा ने बताया कि पंजाब में शिक्षा स्तर को ऊपर उठाने के लिए पंजाब सरकार द्वारा विशेष कदम उठाए जा रहे हैं। उन्होंने कहा कि साथ ही राज्य में स्किल्ड डेवलपमेंट को बढ़ावा देने के लिए विशेष ट्रेनिंग भी उपलब्ध करवाई जा रही है। ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਅੱਜ ਸੈਕਰੇਟ ਹਾਰਟ ਕੋਨਵੈਂਟ ਸਕੂਲ ਜਿਹੜਾ ਮੈਂ ਕਹਿ ਸਕਦਾ ਕਿ ਪੰਜਾਬ ਦਾ ਵਨ ਆਫ ਦੀ ਬੈਸਟ ਸਕੂਲ ਹੈ, ਅੱਜ ਉਹਦੀ ਸਿਲਵਰ ਜੁਬਲੀ ਹੈ। ਮੈਂ ਗੋਲਡਨ ਜੁਬਲੀ ਹੈ। ਮੈਂ ਸਾਰੀ ਮੈਨੇਜਮੈਂਟ ਨੂੰ, ਇਹਨਾਂ ਦੇ ਸਟਾਫ ਨੂੰ ਅੱਜ ਇਸ ਮੌਕੇ 'ਤੇ ਮੁਬਾਰਕਬਾਦ ਪੇਸ਼ ਕਰਦਾ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਇੰਸਟੀਟਿਊਸ਼ਨਸ ਹੈਗੀਆਂ ਜਿਹੜੀਆਂ ਮਿਸ਼ਨਰੀ ਭਾਵਨਾ ਦੇ ਨਾਲ ਐਜੂਕੇਸ਼ਨ ਨੂੰ ਡਿਵੋਟਡ ਹੈ। ਦੂਜੀ ਗੱਲ ਹੈ ਕਿ ਇਸ ਗੱਲ ਦੀ ਵੀ ਸਾਨੂੰ ਖੁਸ਼ੀ ਹੈ ਕਿ ਪੰਜਾਬ 13ਵੇਂ ਨੰਬਰ ਦੇ ਉੱਤੇ ਐਜੂਕੇਸ਼ਨ 'ਚ ਪਹੁੰਚ ਗਿਆ ਸੀ। ਅੱਜ ਸਾਡੀਆਂ ਐਫਰਟਸ ਕਰਕੇ 3ਜੇ ਨੰਬਰ ਦੇ ਉੱਤੇ ਦੁਬਾਰਾ ਆ ਗਿਆ ਔਰ ਇਨਫਰਾਸਟ੍ਰਕਚਰ ਦੇ ਵਿੱਚ ਗੌਰਮੈਂਟ ਸਕੂਲਾਂ ਦੇ ਵਿੱਚ ਇੰਡੀਆ ਲੈਵਲ 'ਤੇ ਪਹਿਲੇ ਨੰਬਰ 'ਤੇ। ਸਾਡਾ ਜਿਹੜਾ ਫੋਕਸ ਹੈ ਉਹ ਕੁਆਲਿਟੀ ਐਜੂਕੇਸ਼ਨ 'ਤੇ ਹੈ। ਉਹਦੇ ਵਾਸਤੇ ਟੀਚਰ ਦੀ ਰਿਕਰੂਟਮੈਂਟ ਵੀ, ਟੀਚਰਸ ਦੀ ਟ੍ਰੇਨਿੰਗ ਵੀ, ਅਸੀਂ ਪਿੱਛੇ ਕੈਨੇਡਾ ਤੋਂ ਵੀ ਟੀਚਰਸ ਦਾ ਇੱਕ ਬੈਚ ਭੇਜ ਕੇ ਟ੍ਰੇਨਿੰਗ ਕਰਵਾਈ ਹੈ ਔਰ ਨਾਲ ਦੀ ਨਾਲ ਸਕਿੱਲ ਡਿਵੈਲਪਮੈਂਟ, ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਸਾਡਾ ਜਿਹੜਾ ਅੱਜ ਫੋਕਸ ਹੈ।